ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ ਆਕਸੀਜਨ ਦੀ ਉਪਲਬਧਤਾ ਵਧਾਉਣ ਦੇ ਉਪਰਾਲੇ ਜਾਰੀ ਨੇ। ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਸੁਪਰ ਸਪੈਸ਼ਲਿਟੀ ਬਲਾਕ ਵਿੱਚ ਅੱਜ 600 ਲੀਟਰ ਪ੍ਰਤੀ ਮਿੰਟ ਦੀ ਸਮਰੱਥਾ ਵਾਲਾ PSA ਆਕਸੀਜਨ ਪਲਾਂਟ ਚਾਲੂ ਕੀਤਾ ਗਿਆ। ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ 1 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪਲਾਂਟ ਨੂੰ ਰਸਮੀ ਤੌਰ 'ਤੇ ਜਨਤਾ ਨੂੰ ਸਮਰਪਿਤ ਕੀਤਾ। ਇਸ ਮੌਕੇ ਮੁੰਜਾਲ ਫਾਊਂਡੇਸ਼ਨ ਅਤੇ ਹੀਰੋ ਸਾਈਕਲ ਲਿਮਟਿਡ ਲੁਧਿਆਣਾ ਦੇ ਮਾਲਕ ਵੀ ਮੌਜੂਦ ਸਨ। ਮੁੰਜਾਲ ਫਾਊਂਡੇਸ਼ਨ ਅਤੇ ਹੀਰੋ ਸਾਈਕਲ ਦੀ ਮਦਦ ਨਾਲ ਹੀ ਇਹ ਪਲਾਂਟ ਸਥਾਪਿਤ ਕੀਤਾ ਗਿਆ ਹੈ। ਪ੍ਰਨੀਤ ਕੌਰ ਨੇ ਦੱਸਿਆ ਕਿ ਇਹ ਪਲਾਂਟ ਹਵਾ ਤੋਂ ਆਕਸੀਜਨ ਲੈ ਕੇ ਇਸ ਨੂੰ ਸੋਧਣ ਉਪਰੰਤ 120 ਸਿਲੰਡਰ ਭਰ ਕੇ ਮਰੀਜ਼ਾਂ ਲਈ ਮੁਹੱਈਆ ਕਰਵਾਏਗਾ। ਇਸ ਨਵੇਂ ਆਕਸੀਜਨ ਪਲਾਂਟ ਦੇ ਕਾਰਜਸ਼ੀਲ ਹੋਣ ਨਾਲ ਰਜਿੰਦਰਾ ਹਸਪਤਾਲ ਵਿੱਚ ਇਸ ਸਮੇਂ 1950 ਲੀਟਰ ਪ੍ਰਤੀ ਮਿੰਟ ਦੀ ਸਮਰੱਥਾ ਦੇ 3 ਆਕਸੀਜਨ ਪਲਾਂਟ, 3 ਮੈਨੀਫੋਲਡ ਅਤੇ 6 ਕਿਲੋ ਲੀਟਰ ਦੀ ਸਮਰੱਥਾ ਵਾਲਾ LMO ਪਲਾਂਟ ਚੱਲ ਰਹੇ ਨੇ। ਇਸ ਤੋਂ ਇਲਾਵਾ ਇਸ ਹਸਪਤਾਲ ਵਿੱਚ 1,000 ਦੀ ਸਮਰੱਥਾ ਵਾਲੇ 3 ਹੋਰ PSA ਆਕਸੀਜਨ ਪਲਾਂਟ ਅਤੇ ਚੌਥਾ 20 ਕਿਲੋ ਲੀਟਰ ਦੀ ਸਮਰੱਥਾ ਵਾਲਾ LPM ਆਕਸੀਜਨ ਪਲਾਂਟ ਸਥਾਪਿਤ ਕਰਨ ਦਾ ਕੰਮ ਵੀ ਚੱਲ ਰਿਹਾ ਹੈ। ਪ੍ਰਨੀਤ ਕੌਰ ਨੇ ਕੋਰੋਨਾ ਨਾਲ ਨਜਿੱਠਣ ਲਈ ਸਨਅਤਕਾਰਾਂ ਵੱਲੋਂ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਗਈ ਮਿਸ਼ਨ ਫਤਿਹ ਮੁਹਿੰਮ ਤਹਿਤ ਕੋਰੋਨਾ 'ਤੇ ਜਿੱਤ ਪ੍ਰਾਪਤ ਕਰਨ ਵਿੱਚ ਜ਼ਰੂਰ ਸਫਲ ਹੋਵੇਗਾ। पंकज जी के बेटे अभिषेक जी आए हुए ने, इन्हों की पूरी टीम आई है और इन्होंने एक प्लान रजिंद्रा हॉस्पिटल के लिए जिदे विचों 5 ऑक्सीजन जाऊगा सुपर स्पेशलिटी बिल्डिंग से वोदा इन्होंने दान किया। इन्हों का असं बहुत बहुत दिलों धन्यवाद करते हैं और आस रखते हैं कि रब ना करे फिर लोड़ पाए तो वह हाल ना होए जिहड़ा 2-3 महीने पहले होया। सो हुण पूरे पंजाब दे विच बहुत वधिया तरीके दे नाल तैयारियां हो रही ने। ऑक्सीजन के प्लांट लग गए ने, कमी ज़्यादा ये सी डॉक्टर तो साढ़े रजिंद्रा हॉस्पिटल से डॉक्टर नर्सिंग स्टाफ क्लास 4 जिन्हें भी है इन्होंने मेरे ख्याल से मैं तो कहूँगी कि देश के दे विच नंबर 1 कम किया।